हेलो असल जी ना मेरी गड्डी जो पेट्रोल खत्म हो गया है तो मैडम गड्डी अंदर ले आओ नहीं नहीं बाहर आ जाओ नहीं फर्ज करके ले आओ ना फर्ज करके ले आओ ओके फर्ज असली भी फर्ज करके पंप पाए ले आओ ओके डन ओए सेक्रेटरी जी बोई जे कि तो साडे लागी तो बड़ा खलार पड़ रही है चौधरी जिस बंदे दी जल्दी दे नाल नाल एदी डबल गंड वट गई दंदा ना खोलन तेरी पैनू कंडिया
हिलो ना हिलो ना क्यों? फिर तू कहना तेल बार बगा रहे है तू चलो एते, आ, एते नहीं। सॉरी मैं राह भूल गया सर्दी है ना तेल टैंकी जो खिंच रहे नहीं एक्चुअली टैंकी फुली है ना ते ओ पता नहीं लग रहा किथे पाउना है हेलो तेल पै रहे है जी ए लाइटा बंद करो अखा च चमके वचन डे वे गड्डी भी बंद करो जी कच्चा धुआं पै पै के देखो बंदा सड़ गया जी ओ गई ओके अच्छा ए मैं क्या मैडम जी ਕੀ ਗੱਡੀ ਕਿਤੇ ਗਰਾਜ ਚ ਖਲਾਰਦੇ ਹੋ ਜੀ ਜੀ ਆ ਡਿੱਕੀ ਨੂੰ ਚੀਟਾ ਬਣੀਆਂ ਪਈਆਂ ਓਏ ਟੈਂਕੀ ਚ ਨਾ ਗੈਸ ਇਕੱਠੀ ਹੋਈ ਹੈ ਨਿੱਕੇ ਉਹ ਨਾ ਅੱਛਾ ਫੁੱਲ ਆ ਮੂੰਹ ਲਾ ਕੇ ਨਾ ਥੋੜਾ ਤੇਲ ਖਿੱਚ ਫੁੱਲ ਕਰ ਦੋ ਜਰਮਨੀ ਦੀ ਮਸ਼ੀਨ ਹੈ ਨਾ ਸਹੀ ਹਿੱਲ ਰਹੀ ਕਿੰਨਾ ਕੁ ਪੈ ਗਿਆ ਜੀ ਫੁੱਲ ਹੋ ਚੱਲੀ ਫੁੱਲ ਨਹੀਂ ਹੋਈ ਹਲੇ ਪਹਿਲਾਂ ਟੈਂਕੀ ਹਲਾ ਕੇ ਦੇਖ ਲੈਣਾ ਉਹ ਭਾਈ ਜੀ ਉਹ ਟੈਂਕੀ ਹਲਾਈ ਨਾ 3-4 ਲੀਟਰ ਹੋਰ ਪੈ ਜਾਂਦਾ ਕਿਹੜੀ ਟੈਂਕੀ ਤੈਨੂੰ ਡਾਇਰੈਕਟਰ ਨੇ ਕੀ ਕਿਹਾ ਸੀ ਇੱਥੇ ਹੱਥ ਲਾਣਾ ਡਾਇਰੈਕਟਰ ਨੇ ਇਹ ਨਹੀਂ ਕਿਹਾ ਇੱਥੇ ਹੱਥ ਲਾ ਤੇ ਜਦੋਂ ਡਾਇਰੈਕਟਰ ਨੂੰ ਪਤਾ ਪਹੁੰਚੀ ਇੱਥੇ ਤੇ ਉੱਥੇ ਹੀ ਲੱਗਣਾ ਹੈ ਮੈਡਮ ਤੁਹਾਨੂੰ ਕਹਿਣਾ ਹੈ ਨਾ ਹਿੱਲੋ ਲਾ ਵੇਖੂ ਪਟਰਾ ਪੰਪ ਜਾ ਪਿਆ ਇਹ ਤੇਰੇ ਪੁੱਤਰ ਨੇ ਪਾਪ ਆ ਕੇ ਉਹ ਬਿੰਗੇ ਕਰ ਲਿਆ ਔਰ ਤੂੰ ਨਾ ਟੈਂਕੀ ਹਿਲਾਇਆ ਕਰ ਕਿਉਂ ਕੱਲ ਵੀ ਵਿੱਚ ਜਾ ਪਿਆ ਉਹ ਤੋਂ ਬੁਲਬਲੇ ਕੱਢੀ ਕੇ ਅੱਛਾ ਸਰ ਤੁਹਾਨੂੰ ਆਂਦੇ ਗਾਹਕ ਦਾ ਮੂੰਹ ਵੇਖ ਕੇ ਲੱਗ ਜਾਂਦਾ ਕਿ ਇਹਨੂੰ ਕਬਜ਼ ਹੈ ਅੱਛਾ ਤੇਰੀ ਸਿਹਤ ਵੇਖ ਸਾਲੇ ਦੀ ਡਾਕਟਰ ਨੂੰ ਜਾ ਕੇ ਕਹਿੰਦਾ ਨਹੀਂ ਮੇਰੇ ਖੰਭੇ ਪਾਸੇ ਫਾਲਜ ਹੋ ਗਿਆ ਉਹਨੇ ਗੌਰ ਕੀਤਾ ਘੜੀ ਲੱਗੀ ਤੇ ਬਾਹ ਨਹੀਂ ਤਾਂ ਹੁੰਦੇ ਓਕੇ ਬੋਲੋ ਭਾਈ ਜੀ ਓਕੇ ਤਾਂ ਕੱਲ ਆਉਣਾ ਜੀ ਜੀ ਫ੍ਰੀਜ ਫ੍ਰੀ ਓਕੇ ਡਨ ਹੋ ਗਿਆ ਫ੍ਰੀ ਯੋ ਮੈਂ ਕਹਿੰਦੇ ਆ ਜਿੱਥੇ ਟੱਕਣ ਲਾਈ ਦਾ ਸਰਾਹ ਫ੍ਰੀ ਅੱਛਾ ਅੱਛਾ ਵੈਸੇ ਵੈਸੇ ਕੱਲ ਦਾਂਗੀ ਮੇਰੇ ਨਾਲ ਅੱਜ ਭੈਣ ਵੀ ਆਈ ਕਹੇ ਰੇ ਉਹਨੇ ਮਾਲਕਾਂ ਨੂੰ ਹਿਸਾਬ ਦੇਣਾ ਹੁੰਦਾ ਘੱਟ ਹੋਂ ਤੇ ਪੂਰੇ ਕਰਾਉਂਦਾ ਹਾਂਜੀ ਆਪਣੀ ਤਨਖਾਹ ਚੋਂ ਨਹੀਂ ਕਟਾਉਂਦਾ ਅੱਛਾ ਕੱਲ ਦਾਂਗੀ ਕੱਲ ਮੈਂ ਇੱਥੇ ਗੁਜ਼ਰਨਾ ਕੱਲ ਦੇਈ ਨਾ ਹਾਂਜੀ ਕੱਲ ਦੇ ਜਾਈ ਹੈਲੋ ਪੈਸੇ ਪੈਸੇ ਹੀ ਅੱਲਾ ਮਾਫੀ ਦੇਵੇ ਉਹ ਤਾਂ ਪੰਪ ਤੇ ਆ ਤੇ ਤੂੰ ਮੈਨੂੰ ਦੇਈ